जिला पठानकोट के सरहदी इलाके के नरोट जैमल सिंह के गांव गुंगरा में दो युवकों के कत्ल का मामला सामने आया है। दोनों युवक आपस में मामा भांजा बताए जा रहे हैं, जिन गुमशुदगी की रिपोर्ट परिवार द्वारा 9 तारीख को लिखवाई गई थी, जिनकी कल शाम को रावी दरिया से मृतक देह बरामद की गई। परिवार द्वारा गांव के ही एक शख्स पर कत्ल का शक जाहिर किया जा रहा है, लेकिन पुलिस की ढीली कार्रवाई के चलते गुस्साए लोगों के पठानकोट नरोट जैमल सिंह मार्ग को जाम कर दिया और पुलिस प्रशासन के खिलाफ जमकर भड़ास निकाली। दूसरी तरफ जब इस संबंधी पुलिस अधिकारियों से बात की गई तो उन्होंने कहा कि उन्हें सूचना मिली थी कि गांव गुंगरा के दो युवकों के रावी दरिया से शव मिले हैं, जिन्हें पोस्टमार्टम हमारी तरफ से करवाया गया है और मामला दर्ज कर जांच की जा रही है। पंजाब न्यूज चैनल के लिए पठानकोट से कंवल रंधावा की रिपोर्ट। ਗਰਾਂ ਤੋਂ ਬੋਲ ਰਹੀ ਹਾਂ, ਸਾਡੇ ਗੁਆਂਢੀ ਹੈਗੇ ਮੁੰਡੇ, ਠੀਕ ਹੈ ਦੋਵੇਂ। ਅਤੇ ਇਹ ਸੁਭਮ ਇਹਨਾਂ ਨੂੰ ਕੀ ਕਹਿੰਦੇ 9 ਤਰੀਕ ਲੈ ਕੇ ਗਿਆ ਸੀ 1:30 ਵਜੇ ਘਰੋਂ, ਠੀਕ ਹੈ। ਸਾਨੂੰ ਤਾਂ ਸੁਭਮ 'ਤੇ ਡਾਊਟ ਹੈ ਪੂਰਾ, ਕਿਉਂਕਿ ਸੁਭਮ ਨੂੰ ਇਹਨਾਂ ਨੇ ਅੰਦਰ ਕੀਤਾ, ਪੁਲਿਸ ਨੇ 4 ਦਿਨ ਹੋ ਗਿਆ। ਮੈਂ ਸੁਭਮ ਨੇ ਕੀਤਾ ਕਤਲ, ਸੁਭਮ ਨੂੰ ਹਾਜ਼ਰ ਕਰੋ, ਇਹਨੂੰ ਫਾਂਸੀ ਮਿਲਣੀ ਚਾਹੀਦੀ। ਅਤੇ ਬਾਕੀ ਸੰਜੀਵ ਨੇ ਕੋਈ ਗਲਤੀ ਨਹੀਂ ਹੈ ਉਹਦੀ, ਨਾ ਅਜੇ ਦੀ ਗਲਤੀ ਹੈ। ਅਜੇ ਨੂੰ ਲੈ ਕੇ ਘਰੋਂ ਲੈ ਕੇ ਗਿਆ ਅਜੇ ਨੂੰ, ਸੰਜੀਵ ਨੂੰ ਦਰਿਆ ਜਾ ਕੇ ਇਹਨਾਂ ਨੇ ਕਤਲ ਕੀਤਾ। ਉਹਦੇ ਬਾਂਹ ਵੱਢਤੀ ਹੈ, ਨਾਲੇ ਮੁੰਡੇ ਦੇ ਕਾਫੀ ਫੱਟ ਫੁੱਟ ਮਾਰੇ ਰਿਹਾ, ਗਲਾ ਗੁਲਾ ਘੋਟੇ ਦਾ, ਫਾਂਸੀ ਦਿੱਤੀ ਇਹਨਾਂ ਨੇ, ਪਤਾ ਨਹੀਂ ਕੀ ਕੀ ਕੀਤੇ ਦਾ। ਪਰ ਸਾਨੂੰ ਇਨਸਾਫ਼ ਚਾਹੀਦਾ, ਸੁਭਮ ਨੂੰ ਫਾਂਸੀ ਹੋਣੀ ਚਾਹੀਦੀ, ਹੋਰ ਕੁਛ ਨਹੀਂ ਤਾਂ ਧੁੱਪਦੇ ਅਸੀਂ ਬਸ। ਅਤੇ ਐਸ ਐਚ ਓ ਕਹਿ ਰਿਹਾ ਅਸੀਂ ਤੁਹਾਡੇ ਨਾਲ ਕੀ ਇਨਸਾਫ਼ ਨਹੀਂ ਕੀਤਾ, ਐਸ ਐਚ ਓ ਨੇ ਕੀਤਾ ਕੀ ਆ ਸਾਡੇ ਨਾਲ ਇਨਸਾਫ਼, ਇਹ ਦੱਸਣਾ ਸਾਨੂੰ। ਦਮੂੜਾ ਰਾਤ ਇਹਨਾਂ ਨੇ ਅੰਦਰ ਕੀਤਾ, ਦੁਬਾਰਾ ਸਾਡੇ ਦੇ ਸਵੇਰੇ ਗਏ ਨਾ ਤੁਹਾਡੇ ਮਾਂ ਪਿਓ, ਪਿਓ ਅਤੇ ਮੁੰਡਾ ਅੰਦਰ ਗਏ ਆ ਦੁਬਾਰਾ ਸਵੇਰੇ, ਰਾਤ ਉਹਨਾਂ ਨੇ ਘਰ ਕੱਟੀਏ, ਇਹ ਇਨਸਾਫ਼ ਹੁੰਦਾ? ਇਹ ਕੋਈ ਇਨਸਾਫ਼ ਨਹੀਂ ਪੁਲਿਸ ਦਾ। ਨਾ ਕੀ ਤੁਹਾਡਾ? ਮੇਰਾ ਨਾਮ ਰੇਖਾ ਹੈਗਾ। ਉਹਨੇ ਕਿੱਦਾਂ ਪੁਲਿਸ ਨੇ ਸਾਡੇ ਨਾਲ ਕੀ ਦਿਨੇ ਕੈਦ ਕੀਤਾ, ਕਤਲ ਦੇ ਅੰਜਾਮ 'ਚ ਬੰਦਾ ਅੰਦਰ ਹੋਇਆ, ਸਵੇਰੇ ਤੁਸੀਂ ਗ੍ਰਿਫਤਾਰ ਕੀਤਾ, ਰਾਤ ਨੂੰ ਉਹਨੂੰ ਛੱਡ ਦਿੱਤਾ, ਇਹ ਕਿਹੜਾ ਹੋਇਆ ਗ੍ਰਿਫਤਾਰੀ? ਕੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਹਾਂ ਕਿ ਮੁੰਡੇ ਨੂੰ ਫਾਂਸੀ ਮਿਲਣੀ ਚਾਹੀਦੀ, ਬਸ ਸਾਨੂੰ ਇਨਸਾਫ਼ ਮਿਲੇ। ਸਾਨੂੰ ਇਹਦੇ 'ਤੇ ਡਾਊਟ ਹੈ, ਸੁਭਮ ਨੂੰ ਫਾਂਸੀ ਮਿਲਣੀ ਚਾਹੀਦੀ ਜਿੰਨੇ ਕੀਤਾ ਹੈ। ਮੈਂ ਨਰੇਸ਼ ਸਿੰਘ, ਸਰਪੰਚ ਗੁਰਾਮ। ਇਹ ਜਿਹੜੇ ਮੁੰਡੇ ਦੋ ਮਰਡਰ ਹੋਏ, ਉਹਨਾਂ ਦਾ ਦਰਿਆ 'ਚ ਲਾਸ਼ਾਂ ਮਿਲੀਆਂ, ਇੱਕ ਸੁਭਮ ਉਹਦਾ ਸੰਦੀਪ ਤੇ ਦੂਆ ਅਜੇ, ਕਤਲ ਦਾ ਕੋਈ ਇਹ ਪਤਾ ਨਹੀਂ, ਇਨਸਾਫ਼ ਮਿਲਣਾ ਚਾਹੀਦਾ ਇਹਨਾਂ ਨਾ ਤਾਂ ਇਹ ਪਤਾ ਹੀ ਨਹੀਂ ਕੋਈ ਵੀ, ਅਸੀਂ ਸੱਕ ਵੀ ਫੜਦਾ ਮੁੰਡਾ ਸੁਭਮ ਜੀ, ਪੁਲਿਸ ਲੱਗੀ ਹੋਈ ਆਪਣੀ ਕਾਰਵਾਈ ਕਰ ਰਹੀ ਹੈ। ਇਹ 8 ਤਰੀਕ ਨੂੰ ਗੇਟ 1:30 ਵਜੇ 8 ਨੂੰ ਨਹੀਂ 8 ਨੂੰ ਯਾਰ, ਤੁਹਾਨੂੰ ਪਤਾ ਲੱਗਾ 8 ਨੂੰ ਗਏ ਆ 1:30 ਵਜੇ, ਅਤੇ 9 ਤਰੀਕ ਨੂੰ ਪਤਾ ਲੱਗਾ। ਸਾਸਿਆਂ ਤੋਂ ਇਹੋ ਮੰਗਾਂ, ਇਨਸਾਫ਼ ਮਿਲਣਾ ਚਾਹੀਦਾ ਇਹਨਾਂ ਨੂੰ। ਇਸਕੇ ਸੰਦਰਭ ਮੇਂ ਜੈਸੇ ਕਿ ਕੱਲ ਆਪਕੋ ਧਿਆਨ ਮੇਂ ਹੋਗਾ ਕਿ ਦੋ ਡੈਡ ਬੋਡੀਜ਼ ਮਿਲੀ ਥੀ, ਔਰ ਦੋ ਡੈਡ ਬੋਡੀਜ਼ ਕੀ ਜਬ ਹਮਨੇ ਸ਼ਿਨਾਖਤ ਕੀ ਤੋ ਇਹ ਦੋ ਮਿਸਿੰਗ ਲੜਕੇ ਹੈ, ਜੋ ਸੰਦੀਪ ਔਰ ਅਜੇ ਕੀ ਪਾਈ ਗਈ ਹੈ। ਔਰ ਕੱਲ ਜੋ ਇਨਕੇ ਘਰ ਵਾਲੋਂ ਕੀ ਤਰਫ ਸੇ ਸਸਪੀਸ਼ਨ ਥਾ ਕਿ ਭਈ ਕਹੀਂ ਕਿ ਕਿਸੀ ਨੇ ਹੱਤਿਆ ਕਰ ਦੀ ਹੈ, ਉਸ ਬਿਹਾਰ ਪੇ ਹਮਨੇ ਇੱਕ ਅਨੋਨ ਕੇ ਖਿਲਾਫ਼ ਕੁਛ ਲੋਗੋਂ ਕਾ ਪਰਚਾ ਰਜਿਸਟਰ ਕੀਆ। ਇਸ ਸੰਦਰਭ ਮੇਂ ਅੱਜ ਇਸਕਾ ਪੋਸਟਮਾਰਟਮ ਵੀ ਕਰਾਇਆ ਗਿਆ ਹੈ, ਔਰ ਫਰਦਰ ਤਫਤੀਸ਼ ਜਾਰੀ ਹੈ। ਹਮ ਹਮਾਰੇ ਜਿਤਨੀ ਵੀ ਵਿੰਗ ਹੈ, CIA ਹੈ, ਐਸ ਐਚ ਓ ਤਾਰਾਗੜ੍ਹ ਹੈ, ਐਸ ਐਚ ਓ ਜੋ ਨਰੋਟ ਹੈ, ਚੌਕੀ ਇੰਚਾਰਜ ਬਮਿਆਲ ਹੈ, ਇਨ ਸਬਕੋ ਮੈਂ ਹਮਨੇ ਲਗਾਇਆ ਹੋਇਆ ਹੈ। ਸਾਥ ਮੇਂ ਮੈਂ ਖੁਦ ਇਸਕੀ ਸੁਪਰਵਿਜ਼ਨ ਕਰ ਰਹਾ ਹੂੰ, ਔਰ SSP ਸਾਹਿਬ ਵੀ ਟਾਈਮ ਟੂ ਟਾਈਮ ਇਸ ਚੀਜ਼ ਕਾ ਅਪਡੇਟ ਲੇ ਰਹੇ ਹੈ, ਤਾਂ ਕਿ ਹਮ ਟਾਈਮਲੀ ਇਸ ਜੋ ਵੀ ਕੇਸ ਹੈ ਇਸਕੋ ਸੁਲਝਾਨੇ ਮੇਂ ਕਾਮਯਾਬ ਹੋ ਸਕੇ। ਜੋ ਵੀ ਅਭੀ ਆਪਕੇ ਵੀ ਧਿਆਨ ਹੋਗਾ ਕਿ ਜਿਸ ਇਜ਼ ਦਾ ਮੈਟਰ ਆਫ ਇਨਵੈਸਟੀਗੇਸ਼ਨ, ਤੋ ਇਨਵੈਸਟੀਗੇਸ਼ਨ ਮੇਂ ਜੋ ਵੀ ਚੀਜ਼ ਸਾਹਮਣੇ ਆਏਗੀ ਹਮ ਉਸ ਚੀਜ਼ ਕੋ ਇਨਵੋਲਵ ਕਰਕੇ ਇਸ ਸੰਦਰਭ ਮੇਂ ਕੁਛ ਬਤਾ ਪਾਏਗੀ।